ਆਹ ਵੀ ਵੇਖਦੇ ਵੀ ਇਹਨਾਂ ਦੇ ਚੌਲਾਂ ਵਿੱਚ ਕੀ ਹਾਲਾਤ ਨੇ ਕਿਤੇ ਨੇ, ਵੀ ਚੌਲਾਂ ਵਿੱਚ ਕੀੜੇ ਕਰਕੇ ਲੋਕਾਂ ਨੂੰ ਪਾਈ ਜਾਂਦੇ ਪਏ ਨੇ, ਪਰ ਸ਼ਹਿਰ ਕਹੀ ਜਾਂਦੇ ਜੀ ਬੜੇ ਵਧੀਆ ਰੈਸਟੋਰੈਂਟ ਵਧੀਆ ਖਾਣਾ ਦਿੰਦੇ ਨੇ, ਆਹ ਵੀ ਦੇਖ ਸਕਦੇ ਹੋ ਕਿਹਨਾਂ ਦੇ, ਮੈਂ ਆਪ ਖਾਣਾ ਖਾਣ ਦੇ ਬੱਚਿਆਂ ਨਾਲ ਆਏ ਨੇ ਵੇਖੋ ਇਹਦੇ ਅੰਨਪੂਰਨਾ ਰੈਸਟੋਰੈਂਟ ਗੁਰਦਾਸਪੁਰ ਦਾ। ਜੋ ਲੋਕ ਬਾਹਰ ਜਾ ਕੇ ਰੈਸਟੋਰੈਂਟਸ ਦੇ ਵਿੱਚ ਖਾਣਾ ਖਾਂਦੇ ਨੇ ਉਹ ਇਹ ਵੀਡੀਓ ਜ਼ਰੂਰ ਵੇਖਣ ਕਿ ਕਿਸ ਤਰ੍ਹਾਂ ਤੁਹਾਡੀ ਸਿਹਤ ਦੇ ਨਾਲ ਖਿਲਵਾੜ ਕੀਤਾ ਜਾਂਦਾ ਹੈ, ਕਿਉਂਕਿ ਜਿਸ ਰਸੋਈ ਦੇ ਵਿੱਚ ਖਾਣਾ ਬਣਾਇਆ ਜਾਂਦਾ ਹੈ ਉੱਥੋਂ ਦੇ ਕੀ ਹਾਲਾਤ ਨੇ, ਕਿਸ ਤਰ੍ਹਾਂ ਹਰ ਪਾਸੇ ਗੰਦਗੀ ਦੇ ਢੇਰ ਲੱਗੇ ਹੋਏ ਨੇ, ਸਫਾਈ ਦਾ ਨੇੜੇ ਤੇੜੇ ਨਾਮੋ ਨਿਸ਼ਾਨ ਵੀ ਨਹੀਂ। ਅਤੇ ਹੁਣ ਇਸ ਰੈਸਟੋਰੈਂਟ ਤੇ FCI ਵਿਭਾਗ ਨੇ ਛਾਪੇਮਾਰੀ ਕੀਤੀ ਹੈ। ਦਰਅਸਲ ਬੀਤੇ ਦਿਨ ਸੋਸ਼ਲ ਮੀਡੀਆ ਤੇ ਗੁਰਦਾਸਪੁਰ ਦੇ ਇੱਕ ਨਿੱਜੀ ਰੈਸਟੋਰੈਂਟ ਦੀ ਵੀਡੀਓ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋਈ ਸੀ, ਜਿਸ ਦੇ ਵਿੱਚ ਇੱਕ ਗਾਹਕ ਨੂੰ ਪਰੋਸੀ ਗਈ ਚੌਲਾਂ ਦੀ ਪਲੇਟ ਦੇ ਵਿੱਚ ਕੀੜਾ ਨਿਕਲ ਆਇਆ ਸੀ। ਇਸ ਮਾਮਲੇ ਦੇ ਵਿੱਚ ਸੰਬੰਧਿਤ ਫੂਡ ਸੇਫਟੀ ਵਿਭਾਗ ਵੱਲੋਂ ਹੋਟਲ ਦੇ ਵਿੱਚ ਛਾਪੇਮਾਰੀ ਕੀਤੀ ਗਈ ਅਤੇ ਇਸ ਮਾਮਲੇ ਦੇ ਵਿੱਚ ਹੁਣ ਫੂਡ ਸੇਫਟੀ ਵਿਭਾਗ ਵੱਲੋਂ ਹੋਟਲ ਦੇ ਵਿੱਚ ਜਾ ਕੇ ਛਾਪੇਮਾਰੀ ਕੀਤੀ ਗਈ। ਜਦੋਂ ਇਸ ਨਿੱਜੀ ਰੈਸਟੋਰੈਂਟ ਦੀ ਰਸੋਈ ਨੂੰ ਚੈੱਕ ਕੀਤਾ ਗਿਆ ਤਾਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ, ਬਹੁਤ ਗੰਦਗੀ ਦੇ ਢੇਰ ਲੱਗੇ ਹੋਏ ਸਨ, ਸਫਾਈ ਬਿਲਕੁਲ ਵੀ ਨਹੀਂ ਸੀ, ਜੋ ਕਿ ਫੂਡ ਸੇਫਟੀ ਵਿਭਾਗ ਦੇ ਮਾਪਦੰਡ ਦੇ ਵਿੱਚ ਹੈ। ਇਸ ਮੌਕੇ ਗੱਲਬਾਤ ਕਰਦੇ ਹੋਏ ਫੂਡ ਸੇਫਟੀ ਵਿਭਾਗ ਦੇ ਸਹਾਇਕ ਕਮਿਸ਼ਨਰ GS ਪੰਨੂ ਨੇ ਕਿਹਾ ਕਿ ਨਿੱਜੀ ਰੈਸਟੋਰੈਂਟ ਦੇ ਅੰਦਰ ਦੀ ਵੀਡੀਓਗ੍ਰਾਫੀ ਕਰ ਲਈ ਗਈ ਹੈ ਤੇ ਖਾਣੇ ਦੇ ਸੈਂਪਲ ਵੀ ਲੈ ਲਏ ਗਏ ਨੇ ਅਤੇ ਜੇਕਰ ਨਿਯਮਾਂ ਦੇ ਉਲਟ ਕੋਈ ਵੀ ਚੀਜ਼ ਨਿਕਲੀ ਤਾਂ ਨਿਯਮਾਂ ਮੁਤਾਬਿਕ ਸਖਤ ਕਾਰਵਾਈ ਕੀਤੀ ਜਾਵੇਗੀ। ਮੈਂ ਡਾਕਟਰ GS ਪੰਨੂ, ਸਹਾਇਕ ਕਮਿਸ਼ਨਰ ਫੂਡ ਗੁਰਦਾਸਪੁਰ। ਮੇਰੇ ਨਾਲ ਸਾਡੇ ਫੂਡ ਸੇਫਟੀ ਆਫਿਸਰ ਮੈਡਮ ਰੇਖਾ ਸ਼ਰਮਾ ਜੀ। ਅਸੀਂ ਜਿਹੜਾ ਹੈਗਾ ਆ ਜੀ, ਅੱਜ ਸਾਡੇ ਧਿਆਨ ਦੇ ਵਿੱਚ ਲਿਆਂਦਾ ਗਿਆ ਸੀਗਾ ਕਿ ਇੱਕ ਰੈਸਟੋਰੈਂਟ ਦੇ ਵਿੱਚ ਜਿਹੜਾ ਖਾਣਾ ਖਾਧਾ ਗਿਆ ਹੈ ਆਪਣੇ ਭਾਈ ਸਾਹਿਬ ਨਾਲੋਂ, ਅਤੇ ਉਹਨਾਂ ਨੇ ਕਿਹਾ ਕਿ ਉਹਦੇ ਵਿੱਚ ਕੋਈ ਕੀੜਾ ਜਿਹੜਾ ਨਿਕਲਿਆ। ਉਹਦੇ ਸੰਬੰਧ ਦੇ ਵਿੱਚ ਅਸੀਂ ਜਿਹੜਾ ਆ ਅੱਜ ਆਪਣੀ ਟੀਮ ਦੇ ਨਾਲ ਇੱਥੇ ਜਿਹੜਾ ਆ ਚੈਕਿੰਗ ਕਰ ਲਈ ਆਏ ਹਾਂ, ਜਿਹਦੇ ਦੌਰਾਨ ਅਸੀਂ ਇੱਕ ਤਾਂ ਚਾਵਲਾਂ ਦਾ ਸੈਂਪਲ ਅਤੇ ਇੱਕ ਜਿਹੜਾ ਆ ਗ੍ਰੇਵੀ ਦਾ ਸੈਂਪਲ ਲਿਆ। ਇਸ ਤੋਂ ਇਲਾਵਾ ਉਹਨਾਂ ਦੀ ਕਿਚਨ ਵਗੈਰਾ ਜਿਹੜੀ ਚੈੱਕ ਕੀਤੀ ਹੈ। ਕਿਚਨ ਦੇ ਵਿੱਚ ਜਿੱਦਾਂ ਉਹਨਾਂ ਨੂੰ ਅਸੀਂ ਕਿਹਾ ਵੀ ਤੁਸੀਂ ਜਿਹੜੇ ਡਸਟਬਿਨ ਵਗੈਰਾ ਆ ਉਹ ਢੱਕੇ ਵਗੈਰਾ ਰੱਖੋ, ਪ੍ਰੋਪਰ ਸਾਫ਼ ਸਫਾਈ ਦਾ ਧਿਆਨ ਰੱਖੋ, ਜਿੱਥੇ ਤੁਸੀਂ ਆਪਣਾ ਵਾਸ਼ਿੰਗ ਵਗੈਰਾ ਕਰਦੇ ਆ ਉਹ ਜਿਹੜੀ ਜਗ੍ਹਾ ਆ ਉਹ ਥੱਲਿਓਂ ਚੰਗੀ ਤਰ੍ਹਾਂ ਉਹਦਾ ਫਰਸ਼ ਵਗੈਰਾ ਠੀਕ ਕਰੋ। ਜਿਹੜੀਆਂ ਵੀ ਕਮੀਆਂ ਆ, ਜੋ ਵੀ ਖਾਮੀਆਂ ਨੇ, ਉਹਨਾਂ ਨੂੰ ਕਿਹਾ ਵੀ ਜਲਦੀ ਤੋਂ ਜਲਦੀ ਪੂਰਾ ਕਰੋ। ਜੇਕਰ ਇਹ ਨਹੀਂ ਕਰਨਗੇ ਤਾਂ ਜੋ ਵੀ ਵਿਭਾਗ ਵੱਲੋਂ ਬਣਦੀ ਕਾਰਵਾਈ ਜਿਹੜੀ ਆ ਫੂਡ ਸੇਫਟੀ ਸਟੈਂਡਰਡ ਐਕਟ ਦੀ ਲਿਆਂਦੀ ਜਾਵੇਗੀ। ਪਰ ਇਸ ਤੋਂ ਇਲਾਵਾ ਅਸੀਂ ਵੈਸੇ ਵੀ ਜਿਹੜਾ ਆ ਹਰ ਦੁਕਾਨਦਾਰ ਨੂੰ ਜਾਂ ਹਰ ਰੈਸਟੋਰੈਂਟ ਵਗੈਰਾ ਢਾਬੇ ਵਾਲੇ ਨੂੰ ਜਿਹੜਾ ਆ ਉਹ ਆਪਣੇ ਵੱਲੋਂ ਹਦਾਇਤ ਕਰਦੇ ਹਾਂ ਵੀ ਤੁਸੀਂ ਜੇ ਲੋਕਾਂ ਨੂੰ ਕੋਈ ਚੀਜ਼ ਪਰੋਸ ਰਹੇ ਆ ਉਹ ਤੁਹਾਡੀ ਜ਼ਿੰਮੇਵਾਰੀ ਬਣਦੀ ਆ ਵੀ ਉਹ ਉਹਨੂੰ ਜਿਹੜਾ ਆ ਸਾਫ਼ ਸੁਥਰੇ ਤਰੀਕੇ ਨਾਲ ਅਤੇ ਵਧੀਆ ਤਰੀਕੇ ਨਾਲ ਦਿਓ। ਜੇਕਰ ਉਹਦੇ ਵਿੱਚ ਕੋਈ ਵੀ ਕਮੀ ਪਾਈ ਜਾਂਦੀ ਆ ਜਾਂ ਖਾਮੀ ਪਾਈ ਜਾਂਦੀ ਆ, ਜੋ ਵੀ ਐਜ਼ ਪਰ ਐਕਟ ਆ ਉਹ ਬਣਦੀ ਕਾਰਵਾਈ ਜਿਹੜੀ ਆ ਉਹ ਲੈਚੀ ਅਸੀਂ ਜਿਹੜਾ ਆ ਅੱਜ ਆਪਣੀ ਟੀਮ ਨਾਲ ਇੱਥੇ ਚੈੱਕ ਕਰਨ ਆਏ ਹਾਂ। ਜੇ ਇਹਦੇ ਵਿੱਚ ਜਿਹੜੀ ਕੋਈ ਅਸੀਂ ਸੈਂਪਲਸ ਤਾਂ ਹੀ ਲੈ ਲਏ ਆ, ਉਹ ਐਜ਼ ਪਰ ਐਕਟ ਜਿਹੜਾ ਆ ਉਹਦੇ ਹਿਸਾਬ ਦੇ ਨਾਲ ਅਸੀਂ ਤਾਂ ਹੀ ਆਏ ਹਾਂ। ਉਹ ਜਿਹੜੀ ਚੀਜ਼ ਆ ਉਹਦੀ ਕੁਆਂਟਿਟੀ, ਹਰ ਚੀਜ਼ ਦੀ ਕੁਆਂਟਿਟੀ ਜਿਹੜੀ ਹੁੰਦੀ ਆ ਵੀ ਉਹਦੇ ਹਿਸਾਬ ਦੇ ਨਾਲ ਅਸੀਂ ਕੋਈ ਚੀਜ਼ ਦਾ ਸੈਂਪਲ ਲੈ ਕੇ ਭੇਜ ਸਕਦੇ ਹਾਂ। ਵੇਖੋ, ਸਭ ਤੋਂ ਪਹਿਲੀ ਗੱਲ ਤਾਂ ਇਹ ਆ ਵੀ ਇਹ ਜਿਹੜੀ ਚੀਜ਼ ਹੈਗੀ ਆ ਹੋਣੀ ਨਹੀਂ ਚਾਹੀਦੀ, ਠੀਕ ਹੈ ਜੀ। ਜੇ ਹੋਈ ਆ ਅਤੇ ਜੇ ਉਹਦੇ ਸੰਬੰਧ ਦੇ ਵਿੱਚ ਉਹ ਅੱਗੇ ਤੋਂ ਸਾਰੇ ਦੁਕਾਨਦਾਰ, ਤਾਂ ਹੀ ਕਹਿ ਰਿਹਾ ਜੀ, ਉਹਦੇ ਵਿੱਚ ਇਹਨਾਂ ਨੂੰ ਅਸੀਂ ਜਿਹੜਾ ਆ ਇਹਦੇ ਸੰਬੰਧ ਦੇ ਵਿੱਚ ਨੋਟਿਸ ਜਾਰੀ ਕਰਦੇ ਹਾਂ, ਜਿਹਦੇ ਵਿੱਚ ਕਿ ਅਸੀਂ ਜੋ ਜੋ ਕਮੀਆਂ ਪਾਈਆਂ ਗਈਆਂ ਆ ਉਹਦਾ ਟਾਈਮ ਪੀਰੀਅਡ ਹੁੰਦਾ ਹੈ। ਜਿਹੜਾ ਲਾਇਸੈਂਸ ਆ, ਲਾਇਸੈਂਸ ਦੇ ਨਾਲ ਇੱਕ ਜਿਹੜਾ ਆ ਇੱਕ ਜਿਹੜਾ ਇਹਨਾਂ ਨੇ ਨਾ ਜੀ ਰੂਲ 12 ਲਾਉਣੇ ਹੁੰਦੇ, ਗੋਲਡਨ ਰੂਲ 12, ਉਹਦੇ ਥੱਲੇ ਇਹਨਾਂ ਨੇ ਆਪਣਾ ਕੋਈ ਇੱਕ ਨੰਬਰ ਡਿਸਪਲੇ ਸਾਰਿਆਂ ਨੂੰ ਕਰਨ ਦੀ ਹਦਾਇਤ ਕੀਤੀ ਜਾਂਦੀ ਆ ਵੀ ਤੁਸੀਂ ਆਹ ਨੰਬਰ ਆਪਣਾ ਲਾਓ। ਜੇ ਇਨ ਕੇਸ ਪਰਮਾਤਮਾ ਨਾ ਕਰੇ ਕਿਸੇ ਨੂੰ ਵੀ, ਕਿਸੇ ਵੀ ਕਸਟਮਰ ਨੂੰ ਜਾਂ ਕਿਸੇ ਨੂੰ ਵੀ ਕੋਈ ਪ੍ਰੋਬਲਮ ਆਉਂਦੀ ਆ ਤਾਂ ਉਹ ਉਸ ਨੰਬਰ ਦੇ ਉੱਤੇ ਪਹਿਲਾਂ ਤਾਂ ਤੁਹਾਨੂੰ ਕੰਟੈਕਟ ਕਰੇ। ਜੇ ਤੁਸੀਂ ਉਹ ਪ੍ਰੋਬਲਮ ਜਿਹੜੀ ਆ ਸੋਲਵ ਨਹੀਂ ਕਰਦੇ ਆ
ਤੇ ਉਹ ਜਿਹੜੇ ਆ ਉਹ ਸੰਬੰਧਿਤ ਮਹਿਕਮੇ ਨੂੰ ਜਿਹੜਾ ਆ ਉਹ ਸ਼ਿਕਾਇਤ ਕਰਦਾ।